ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਜਲਦੀ ਬਣਨ ਵਾਲੀ ਸਬਜ਼ੀ ਦੀ ਰੈਸਿਪੀ ਲੈ ਕੇ ਆਏ ਹਾਂ ਜਦ ਘਰੇ ਕੋਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਇਹ ਬਣਾ ਕੇ ਘਰੇ ਤਿਆਰ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਕੌੜਿਆਂ ਦੀ ਸਬਜ਼ੀ ਇਹ ਬੀਕਾਨੇਰ ਸ਼ੌਪ 'ਤੇ ਵੀ ਤੁਹਾਨੂੰ ਮਿਲ ਸਕਦੀ ਹੈ ਚਲੋ ਦੇਖਦੇ ਹਾਂ ਕਿਵੇਂ ਬਣਾਈ ਜਾਏਗੀ ਅਤੇ ਇਹਦੇ ਵਿੱਚ ਕੀ ਪਏਗਾ ਸਭ ਤੋਂ ਪਹਿਲਾਂ ਅਸੀਂ ਇੱਕ ਕੁੱਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸਰ੍ਹੋਂ ਦਾ ਤੇਲ ਪਾਉਣਾ ਹੈ ਜਦ ਸਾਡਾ ਤੇਲ ਗਰਮ ਹੋ ਜਾਏਗਾ ਫਿਰ ਅਸੀਂ ਉਹਦੇ ਵਿੱਚ ਇੱਕ ਤੇਜ਼ ਪੱਤਾ ਪਾਉਣਾ ਹੈ ਇੱਕ ਚਮਚ ਅਸੀਂ ਇਹਦੇ ਵਿੱਚ ਜੀਰਾ ਪਾਉਣਾ ਹੈ ਜਦ ਸਾਡਾ ਜੀਰਾ ਚਟਕ ਜਾਏਗਾ ਫਿਰ ਅਸੀਂ ਇਹਦੇ ਵਿੱਚ ਇੱਕ ਵੱਡੇ ਸਾਈਜ਼ ਦਾ ਪਿਆਜ਼ ਪਾਉਣਾ ਹੈ ਬਾਰੀਕ ਚੌਪ ਕਰਕੇ ਅਤੇ ਇਹਨੂੰ ਗੋਲਡਨ ਬਰਾਊਨ ਹੋਣ ਤੱਕ ਅਸੀਂ ਪਕਾਵਾਂਗੇ ਗੈਸ ਦਾ ਫਲੇਮ ਅਸੀਂ ਮੀਡੀਅਮ ਰੱਖਣਾ ਹੈ ਹੁਣ ਅਸੀਂ ਇਹਦੇ ਵਿੱਚ 2 ਤੋਂ 3 ਹਰੀਆਂ ਮਿਰਚਾਂ ਪਾਉਣੀਆਂ ਨੇ ਬਾਰੀਕ ਕੱਟ ਕਰਕੇ ਅਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਆਹ ਦੇਖੋ ਜੀ ਪਿਆਜ਼ ਦਾ ਕੱਚਾਪਨ ਦੂਰ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ 1 ਚਮਚ ਲਸਣ ਅਦਰਕ ਦਾ ਪੇਸਟ ਪਾਉਣਾ ਹੈ ਅਤੇ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇਹ ਬਹੁਤ ਹੀ ਜਲਦੀ ਬਣ ਕੇ ਤੁਹਾਡੀ ਸਬਜ਼ੀ ਤਿਆਰ ਹੋ ਜਾਏਗੀ ਹੁਣ ਅਸੀਂ ਇਹਦੇ ਵਿੱਚ ਸੋਲਟ ਪਾਵਾਂਗੇ 1 ਚਮਚ ਲਾਲ ਮਿਰਚ ਪਾਊਡਰ 1/2 ਚਮਚ ਹਲਦੀ ਪਾਊਡਰ ਅਤੇ 1 ਚਮਚ ਅਸੀਂ ਇਹਦੇ ਵਿੱਚ ਧਨੀਆ ਪਾਊਡਰ ਪਾਉਣਾ ਹੈ ਅਤੇ ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ ਤਾਂ ਕਿ ਜਿਹੜਾ ਮਸਾਲੇ ਦਾ ਕੱਚਾਪਨ ਹੈ ਉਹ ਦੂਰ ਹੋ ਜਾਵੇ ਆਹ ਦੇਖੋ ਜੀ ਮਸਾਲੇ ਨੇ ਆਇਲ ਛੱਡ ਦਿੱਤਾ ਹੈ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾਵਾਂਗੇ ਬਾਰੀਕ ਚੌਪ ਕਰਕੇ ਅਸੀਂ ਇਹਦੇ ਵਿੱਚ 2 ਤੋਂ 3 ਟਮਾਟਰ ਪਾਏ ਨੇ ਮੀਡੀਅਮ ਸਾਈਜ਼ ਦੇ ਅਤੇ ਇਹਨਾਂ ਨੂੰ ਵੀ ਹੁਣ ਅਸੀਂ ਚੰਗੀ ਤਰ੍ਹਾਂ ਨਾਲ ਕੁੱਕ ਕਰਨਾ ਹੈ ਹੁਣ ਅਸੀਂ ਇਹਨੂੰ ਢੱਕ ਕੇ 5 ਮਿੰਟ ਲਈ ਪਕਾਵਾਂਗੇ ਤਾਂ ਕਿ ਜਿਹੜਾ ਸਾਡਾ ਆਇਲ ਹੈ ਉਹ ਸੈਪਰੇਟ ਹੋ ਜਾਵੇ ਆਹ ਦੇਖੋ ਜੀ 5 ਮਿੰਟ ਹੋ ਗਏ ਨੇ ਅਤੇ ਸਾਡੇ ਮਸਾਲੇ ਨੇ ਵੀ ਆਇਲ ਛੱਡ ਦਿੱਤਾ ਹੈ ਹੁਣ ਅਸੀਂ ਇਸ ਟਾਈਮ ਦੇ ਉੱਤੇ ਇਹਦੇ ਵਿੱਚ 2 ਮੀਡੀਅਮ ਸਾਈਜ਼ ਦੇ ਆਲੂ ਪਾਣੇ ਨੇ ਸਲਾਈਸ ਦੇ ਵਿੱਚ ਕੱਟ ਕਰਕੇ ਅਤੇ ਹੁਣ ਅਸੀਂ ਇਹਦੇ ਵਿੱਚ 1 ਕੱਪ ਪਕੌੜਿਆਂ ਦਾ ਪਾ ਦੇਣਾ ਹੈ ਜਿਹੜੇ ਸਬਜ਼ੀ ਵਾਲੇ ਪਕੌੜੇ ਆਉਂਦੇ ਆ ਅਸੀਂ ਉਹਦਾ ਯੂਜ਼ ਕੀਤਾ ਹੈ ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਪਕੌੜਿਆਂ ਦੇ ਵਿੱਚ ਅਤੇ ਆਲੂ ਦੇ ਵਿੱਚ ਮਸਾਲੇ ਦੀ ਚੰਗੀ ਤਰ੍ਹਾਂ ਨਾਲ ਕੋਡਿੰਗ ਹੋ ਜਾਵੇ ਹੁਣ ਅਸੀਂ ਇਹਦੇ ਵਿੱਚ 1 ਕੱਪ ਪਾਣੀ ਦਾ ਪਾ ਦੇਣਾ ਹੈ ਅਤੇ 1 ਚਮਚ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਅਤੇ ਇਹਨੂੰ ਹੁਣ ਅਸੀਂ ਹੋਰ ਥੋੜ੍ਹਾ ਇਹਦਾ ਫਲੇਵਰ ਵਧਾਉਣ ਲਈ ਅਸੀਂ ਇਹਦੇ ਵਿੱਚ 1 ਚਮਚ ਕਸੂਰੀ ਮੇਥੀ ਦਾ ਪਾਇਆ ਹੈ ਤਾਂ ਕਿ ਇਹ ਹੋਰ ਵੀ ਜ਼ਿਆਦਾ ਟੇਸਟੀ ਬਣਨ ਅਤੇ ਹੁਣ ਅਸੀਂ ਇਹਨੂੰ ਢੱਕ ਕੇ 3 ਤੋਂ 4 ਸੀਟੀ ਲਗਵਾਉਣੀ ਹੈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣ ਵਾਲੀ ਸਬਜ਼ੀ ਹੈ ਵੈਸੇ ਵੀ ਹੁਣ ਗਰਮੀਆਂ ਦੇ ਮੌਸਮ 'ਚ ਸੁੱਕੀਆਂ ਸਬਜ਼ੀਆਂ ਆਉਂਦੀਆਂ ਨੇ ਅਤੇ ਤੁਸੀਂ ਇਹ ਤਰੀ ਵਾਲੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਆਹ ਦੇਖੋ ਜੀ ਸਾਡੇ ਪਕੌੜੇ ਹੁਣ ਬਣ ਕੇ ਤਿਆਰ ਨੇ ਸਾਡਾ ਪਾਣੀ ਥੋੜ੍ਹਾ ਜਿਹਾ ਇਹਦੇ ਵਿੱਚ ਸੁੱਕ ਗਿਆ ਸੀ ਅਤੇ ਅਸੀਂ ਇਹਦੇ ਵਿੱਚ 1 ਕੱਪ ਪਾਣੀ ਦਾ ਹੋਰ ਪਾਇਆ ਹੈ ਹੁਣ ਅਸੀਂ ਇਹਦੇ ਵਿੱਚ ਧਨੀਆ ਪੱਤਾ ਪਾਉਣਾ ਹੈ ਅਤੇ ਹੁਣ ਅਸੀਂ ਇਹਨੂੰ ਗਰਮਾ ਗਰਮ ਪਲੇਟ 'ਚ ਸਰਵ ਕਰਾਂਗੇ ਤੁਸੀਂ ਇਹਨੂੰ ਚਪਾਤੀ ਦੇ ਨਾਲ ਜਾਂ ਪਰੌਂਠੀ ਨਾਲ ਖਾਓ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗੇਗੀ ਅਤੇ ਇਹ ਬਹੁਤ ਹੀ ਜਲਦੀ ਅਤੇ ਟੇਸਟੀ ਬਣਨ ਵਾਲੀ ਵੈਜੀਟੇਬਲ ਹੈ ਜੇਕਰ ਤੁਹਾਨੂੰ ਸਾਡੀ ਆਲੂ ਪਕੌੜੇ ਦੀ ਰੈਸਿਪੀ ਚੰਗੀ ਲੱਗੀ ਹੋਵੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਹਲੇ ਤੱਕ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ